ਤੁਹਾਡਾ ਭਰਾ ਮੋਨੋਟਾਈਜ਼ ਉਰਫ ਗੁਰਾੜਾ ਅੱਜ ਇੱਕ ਨਵੀਂ ਸ਼ਾਨਦਾਰ ਤੇ ਧਮਾਕੇਦਾਰ ਵੀਡੀਓ ਲੈ ਕੇ ਹਾਜ਼ਰ ਹੋਇਆ ਹੈ, ਉਹ ਵੀ ਪੇਂਡੂ ਤੇ ਦੇਸੀ ਅੰਦਾਜ਼ ਦੇ ਅੰਦਰ। ਤੇ ਅੱਜ ਦੀ ਵੀਡੀਓ ਜਨਾਬ ਅਸਾਂ ਸੋਲੋ ਮਸ਼ੀਨਾਂ ਤੇ ਬਣਾਈ ਹੈ। ਤੁਸੀਂ ਵੇਖਦੇ ਪਏ ਪਿੱਛੇ ਸੋਲੋ ਮਸ਼ੀਨਾਂ ਦੀ ਲਾਈਨ ਲੱਗੀ ਪਈ ਹੈ ਤੇ ਗੁਰਾੜਾ ਇਹ ਵੀ ਕੰਮ ਕਰਦਾ ਹੈ ਸੋਲੋ ਮਸ਼ੀਨਾਂ ਦਾ। ਤੇ ਜਿਹੜੇ ਦੋਸਤਾਂ ਭਰਾਵਾਂ ਨੇ ਸਾਡਾ ਚੈਨਲ ਹਾਲੇ ਤੱਕ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਵੋ, ਕਿਉਂਕਿ ਗੁਰਾੜਾ ਹੁਣ ਰੋਜ਼ਾਨਾ ਡੇਲੀ ਬੇਸ ਤੇ ਵੀਡੀਓ ਅਪਲੋਡ ਕਰਦਾ, ਉਹ ਵੀ ਪੇਂਡੂ ਤੇ ਦੇਸੀ ਅੰਦਾਜ਼ ਦੇ ਵਿੱਚ। ਇਹ ਤੁਸੀਂ ਵੇਖਦੇ ਪਏ ਹੋ ਇੱਕ ਬੜਾ ਅਜੀਬੋ ਗਰੀਬ ਜਿਹਾ ਪੁਰਜ਼ਾ ਮੇਰੇ ਹੱਥ 'ਚ ਹੈ, ਲੇਕਿਨ ਇਹ ਤੁਹਾਡੇ ਵਾਸਤੇ ਹੈ। ਮੈਨੂੰ ਇਹਦੀ ਸਾਰੀ ਸਮਝ ਹੈ ਇਹ ਕੀ ਚੀਜ਼ ਹੈ, ਅਤੇ ਮੈਂ ਤੁਹਾਨੂੰ ਦੱਸਦਾ ਜਾਵਾਂ। ਇਹ ਜਨਾਬ ਸੋਲੋ ਮਸ਼ੀਨ ਦਾ ਪੰਪ ਹੈ, ਠੀਕ ਹੈ। ਇਹਦੇ ਵਿੱਚ ਸਾਰਾ ਕੰਮ ਇਸ ਪੰਪ ਨੇ ਕਰਨਾ ਹੁੰਦਾ ਹੈ, ਬਜਾਏ ਇਹ ਇੰਜਨ ਹੈ, ਠੀਕ ਹੈ। ਇਸ ਤੋਂ ਹਟ ਕੇ ਸਾਰਾ ਕੰਮ ਇਸ ਪੰਪ ਦਾ ਹੈ। ਅਗਰ ਪ੍ਰੈਸ਼ਰ ਦੇ ਵਿੱਚ ਖਰਾਬੀ ਆਉਂਦੀ ਹੈ ਤਾਂ ਪੰਪ ਵਿੱਚ ਮਸਲਾ ਬਣਦਾ ਹੈ। ਇਹਦੀਆਂ ਵਾਲ ਬੋਕੀਆਂ ਚੈੱਕ ਕਰਨੀਆਂ ਨੇ, ਅਗਰ ਜੇ ਵਾਲ ਕੋਈ ਲੀਕ ਹੈ ਤਾਂ ਫਿਰ ਇਹ ਪਾਣੀ ਬਾਹਰ ਕੱਢੇਗਾ, ਪਾਣੀ ਲੀਕ ਕਰੇਗਾ, ਠੀਕ ਹੈ। ਅਗਰ ਪ੍ਰੈਸ਼ਰ ਘੱਟ ਜਾਂਦਾ ਹੈ ਤਾਂ ਫਿਰ ਇਹਦਾ ਅਸੀਂ ਬੋਕੀਆਂ ਬਦਲਾਂਗੇ, ਠੀਕ ਹੈ। ਅਸੀਂ ਇਹਨੂੰ ਚੈੱਕ ਕਰਨ ਲੱਗੇ ਹਾਂ ਵੀ ਇਹਦੀ ਕੀ ਚੀਜ਼ ਖਰਾਬ ਹੈ। ਇਹ ਪ੍ਰੈਸ਼ਰ ਛੱਡ ਗਿਆ ਇਸ ਟਾਈਮ, ਬਿਲਕੁਲ ਪ੍ਰੈਸ਼ਰ ਨਹੀਂ ਬਣਾਉਂਦਾ। ਅਤੇ ਇਹਦੇ ਅਸੀਂ ਬੋਕੀਆਂ ਚੈੱਕ ਕਰਾਂਗੇ ਕਿ ਬੋਕੀਆਂ ਤਾਂ ਨਹੀਂ ਖਰਾਬ ਹੈ ਜਾਂ ਕੀ ਮਸਲਾ ਹੈ। ਅੱਛਾ ਤੋ ਦੋਸਤੋ, ਮਜ਼ੀਦ ਐਸੀ ਵੀਡੀਓਜ਼ ਦੇਖਣ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਗਏ, ਤਾਂ ਕਿ ਇਹਦਾ ਜੋ ਵੀ ਹਮ ਨਿਊ ਵੀਡੀਓ ਅਪਲੋਡ ਕਰੇ ਤੋ ਉਸਕਾ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਸਕੇ। ਸੋ ਹਮ ਇਸ ਤਰ੍ਹਾਂ ਕੀ ਵੀਡੀਓ ਬਣਾਤੇ ਰਹਤੇ ਹੈ, ਠੀਕ ਹੈ। ਤੋ ਇਹ ਸੋਲੋ ਮਸ਼ੀਨ ਕਾ ਪੰਪ ਹੈ, ਤੋ ਅਭੀ ਇਹ ਮੋਨੋਟਾਈਜ਼ ਇਸਕੋ ਖੋਲਨੇ ਲਗਾ, ਠੀਕ ਹੈ। ਤੋ ਇਸਕਾ ਮੁਕੰਮਲ ਤਰੀਕਾਕਾਰ ਆਪ ਦੋਸਤੋਂ ਸੇ ਸ਼ੇਅਰ ਕਰੇਂਗੇ ਕਿ ਕਿਸ ਤਰੀਕੇ ਇਸਕੀ ਵਾਲ ਬੋਕੀਆਂ ਚੇਂਜ ਹੋਤੀ ਹੈ, ਕਿਸ ਤਰੀਕੇ ਸੇ ਇਸਕਾ ਜੋ ਪ੍ਰੈਸ਼ਰ ਹੈ ਇਹ ਬਣਾਇਆ ਜਾਤਾ ਹੈ। ਤੇ ਦੋਸਤੋ ਇਹ ਵੇਖਿਆ ਇੱਕ ਸਾਈਡ ਇਹਦੀ ਆਪਾਂ ਖੋਲ ਲਈ ਹੈ, ਠੀਕ ਹੈ। ਪਹਿਲੇ ਨੰਬਰ 'ਤੇ ਇਹ ਪਿੱਤਲ ਵਾਲ ਹੈਗੇ ਨੇ, ਇਹ ਚੈੱਕ ਕਰ ਲੈਣੇ ਨੇ ਅੰਦਰ ਇਹਦੇ, ਅਗਰ ਖਰਾਸ਼ ਹੈ ਤਾਂ ਖਰਾਬ ਹੈ, ਅਗਰ ਖਰਾਸ਼ ਨਹੀਂ ਹੈ ਤਾਂ ਬਿਲਕੁਲ ਇਹ ਸਾਫ਼ ਹੈ, ਠੀਕ ਹੈ। ਇਹ ਬਿਲਕੁਲ ਸਾਫ਼ ਨੇ ਇਸ ਟਾਈਮ, ਕੋਈ ਖਰਾਸ਼ ਨਹੀਂ ਹੈ ਇਹਨਾਂ ਵਿੱਚ। ਇਹ ਰਬੜ ਵਾਲ ਹੈਗੇ ਨੇ, ਇਹ ਹੱਡੀ ਹੈਗੀ, ਬਿਲਕੁਲ ਇਹ ਸਾਫ਼ ਹੈਗੇ ਨੇ, ਠੀਕ ਹੈ। ਓਕੇ ਦੀ ਰਿਪੋਰਟ ਹੈ, ਇਹ ਉਸ ਤਰ੍ਹਾਂ ਹੀ ਪਾ ਦਿੰਦੇ ਨੇ ਜਿਸ ਤਰ੍ਹਾਂ ਪਹਿਲੇ ਪਾਏ ਹੋਏ ਨੇ। ਅਗਰ ਇਹ ਸਾਈਡ ਇਹਨਾਂ ਦੀ ਇਹ ਸਾਈਡ ਇਸ ਤਰ੍ਹਾਂ ਪਾਵਾਂਗੇ ਤਾਂ ਫਿਰ ਉਲਟਾ ਹੋ ਜਾਣ, ਇਹ ਉਲਟਾ ਪਾਣੀ ਇਸ ਤਰ੍ਹਾਂ ਪਿੱਛੋ ਜਿਹਾ ਯਾਰ ਪਰਛਾਵਾਂ ਆਉਂਦਾ ਤੇ ਤੇਰਾ ਵਿੱਚ। ਜਾ ਜਾਂਦਾ ਨਹੀਂ। ਆ ਇਹਦੀ ਬੋਕੀ ਹੈਗੀ ਜੀ, ਇਹ ਵੇਖਦੇ ਪਏ ਜੇ ਇਸ ਸਾਈਡ 'ਤੇ ਇਹ ਬੋਕੀ, ਹੁਣ ਇਸ ਟਾਈਮ ਆਪਾਂ ਬਾਹਰ ਕੱਢ ਕੇ ਚੈੱਕ ਕਰਨਾ ਹੈ ਇਹਨੂੰ ਕੀ ਮਸਲਾ ਹੈ। ਇਹ ਕੋਈ ਚੀਜ਼ ਵਿੱਚ ਆਈ ਹੋਈ ਹੈਗੀ, ਠੀਕ ਹੈ, ਜਿਸ ਵਜ੍ਹਾ ਤੋਂ ਇਹਦਾ ਪ੍ਰੈਸ਼ਰ ਖਤਮ ਹੋ ਗਿਆ। ਕਚਰਾ ਹੈ, ਕਚਰਾ ਹੈਗਾ, ਇਹ ਲੋਹੇ ਦੀ ਤਾਰ ਹੈਗੀ, ਠੀਕ ਹੈ। ਅੱਛਾ, ਯਾਨੀ ਕਿ ਕਚਰਾ ਵਗੈਰਾ ਆ ਜਾਵੇ ਤਾਂ ਵੀ ਇਹ ਪ੍ਰੈਸ਼ਰ ਛੱਡ ਜਾਂਦੀ ਹੈ, ਤੇ ਉਸ ਤੋਂ ਇਲਾਵਾ ਉੱਤੇ ਇਹਦੇ ਸੀਲ ਲੱਗੀ ਹੋਈ ਹੈ। ਹਾਂ, ਇਹ ਸੀਲ ਲਾ ਕੇ ਚੈੱਕ ਕਰਨੀ, ਅਗਰ ਇਹ ਸਪਰਿੰਗ ਤੜ ਹੈ ਤਾਂ ਇਹ ਠੀਕ ਹੈ, ਅਗਰ ਤੜ ਨਹੀਂ ਹੈ ਤਾਂ ਫਿਰ ਇਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਖੋਲ੍ਹਾਂਗੇ, ਇਹਦੇ ਵਿੱਚ ਤੜ ਆ ਜਾਣੀ, ਠੀਕ ਹੈ। ਫਿਰ ਇਹਨੂੰ ਉਸ ਤਰ੍ਹਾਂ ਹੀ ਫਿੱਟ ਕਰ ਲੈਣਾ ਜਿਸ ਤਰ੍ਹਾਂ ਪਹਿਲੇ ਫਿੱਟ ਹੋਇਆ ਹੋਇਆ ਹੈ, ਠੀਕ ਹੋ ਗਿਆ ਦੋਸਤੋ। ਅਤੇ ਅਗਰ ਸਾਡੀ ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ, ਕਿਉਂਕਿ ਅਸੀਂ ਤੁਹਾਡੇ ਵਾਸਤੇ ਬੜੀਆਂ ਫਾਇਦੇਮੰਦ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਤੁਹਾਡੇ ਇੱਕ ਲਾਈਕ ਨਾਲ ਸਾਡਾ ਕਾਫੀ ਸਾਰਾ ਫਾਇਦਾ ਹੋ ਜਾਂਦਾ ਹੈ। ਹੁਣ ਇਹ ਸਾਈਡ ਆਪਾਂ ਦੂਸਰੀ ਖੋਲ੍ਹਣੀ, ਇਹਦੇ ਵਿੱਚ ਵੀ ਇੱਕ ਬੋਕੀ ਹੈਗੀ ਇਸ ਜਗ੍ਹਾ 'ਤੇ। ਦੋਸਤੋ ਇਸ ਸਾਈਡ ਦੀ ਆਹ ਬੋਕੀ ਇਸ ਟਾਈਮ ਖਰਾਬ ਹੋ ਚੁੱਕੀ ਹੈ, ਵੇਖਦੇ ਪਏ ਜੇ ਬਿਲਕੁਲ ਕੱਟ ਹੈਗੇ ਨੇ ਇਹਦੇ ਉੱਤੇ, ਫਟ ਚੁੱਕੀ ਹੈ, ਠੀਕ ਹੈ। ਇਹ ਬੋਕੀ ਆ ਚੇਂਜ ਕਰਾਂਗੇ,
दोस्तों इस स्प्रिंग की पहले तार चेक करनी है, बिल्कुल ओके की रिपोर्ट है तो ठीक है। कौली भी खराब है, अगर कौली डैमेज हो तो खराब है, इस तरह अगर क्लीयर है साफ है तो बिल्कुल फिर रेडी है, फिर तुसे इन पाना। अगर माड़ा मोटा है डैमेज है तो बिल्कुल नहीं पाने। अच्छा दोबारा चेक करो आप फिट किवें करनी, पहले स्प्रिंग उत्ते फिर मुद्दी मारनी कौली। अच्छा तो दोस्तों इस टाइम बिल्कुल फिट हो चुकी ने दोवें वाल बोकियाँ, ठीक है, एक साइड क्लीयर हो गई है तो दूसरे नंबर पर इनका राड चेक कर लेना है, ठीक है। अगर इनते खराश है तो फिर यह खराब है, ठीक है। अगर खराश नहीं है तो बिल्कुल रेडी है, लेकिन इस टाइम ये राड खराब है। तो अगली वीडियो मज़ीद असी राड चेंज करने का तरीकाकार अपलोड करांगे, तो साढ़े चैनल में सबसक्राइब कर लवो ताकि हर नवी आने वाली वीडियो तुहाडे तक पहुँच सके। छोटी आड़ लगन दे तो दोस्तों तुसा देखा है तरीकाकार जिस तरह ये साइड खोली है तो जड़ी है इस तरह ही दूसरी साइड हैगी इस तरीकेकारी नाले खुलनी भी है जड़नी भी है, ठीक है। तो अगर जो साड़ी वीडियो अच्छी लगे तो इनू जरूर लाइक तो सबसक्राइब किया करो, तो दोस्तों शेयर भी किया करो, तो अच्छे अच्छे कमेंट भी किया करो, तो गुराड़े दुआवें याद भी किया करो।